ਸਿਕਾ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਕਾਫੀ ਵਿਦਿਆਰਥੀਆਂ ਦੇ ਕਮੈਂਟ ਆਈ ਸੀ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਕਿ ਤੁਸੀਂ ਫਸਟ ਐਗਲੋਜੀ ਉੱਤੇ ਸੈਕੰਡ ਐਗਲੋਜੀ ਤੱਕ ਕਰਾਤਾ ਲੇਕਿਨ ਰਣਜੀਤ ਸਿੰਘ ਦਾ ਮੈਪ ਨਹੀਂ ਕਰਵਾਇਆ ਮਹਾਰਾਜ ਰਣਜੀਤ ਸਿੰਘ ਦਾ ਕਿੰਗਡਮ ਆਫ ਰਣਜੀਤ ਸਿੰਘ 1839 ਏਡੀ ਇਹ ਕਰਵਾਉਣ ਲੱਗਿਆ ਕਿਹੜੀਆਂ ਕਿਹੜੀਆਂ ਲੜਾਈਆਂ ਇੰਪੋਰਟੈਂਟ ਆ ਦੇਖ ਲਿਓ ਵੀਡੀਓ ਨੂੰ ਲਾਸਟ ਤੱਕ ਛੱਡ ਕੇ ਨਾ ਜਾਇਓ ਕਿਉਂਕਿ ਇੰਪੋਰਟੈਂਟ ਲੜਾਈਆਂ ਤੁਹਾਨੂੰ ਮੈਂ ਦੱਸਣੀਆਂ ਨੇ ਠੀਕ ਹੈ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਬਿਨਾਂ ਕਿਸੇ ਦੇਰ ਤੋਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਪਹਿਲਾਂ ਤੁਹਾਡੀ ਮੈਂ ਸਾਰੀ ਪਲੇਲਿਸਟ ਬਣਾਤੀ ਹੈ じゃ ਕਿ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਕਿਹਾ ਸੀ ਯਾਦ ਹੋਵੇ ਤਾਂ ਤੁਹਾਨੂੰ ਖਾਲੀ ਮੈਪ ਮਿਲਣਾ ਇਹ ਵਾਲਾ ਤੁਸੀਂ ਵਿੱਚ ਨਦੀਆਂ ਡਰਾ ਕਰ ਲੈਣੀਆਂ ਮੈਂ ਸिखਾਈਆਂ ਹੋਈਆਂ ਨੇ ਨਦੀਆਂ ਡਰਾ ਕਰੀਆਂ ਉਹ ਵਾਲੀ ਵੀਡੀਓ ਦੇਖ ਲਓ ਡਿਸਕ੍ਰਿਪਸ਼ਨ ਚ ਲਿੰਕ ਮਿਲ ਜੂਗਾ ਦੋਨੇ ਜਿਹੜੇ ਮੈਪ ਨੇ ਉਹ ਮੈਂ ਕਰਵਾਇਆ ਸਭ ਤੋਂ ਪਹਿਲਾਂ ਅਸੀਂ ਇੱਥੇ ਲਿਖਾਂਗੇ ਤਿੱਬਤ ਪਹਿਲਾਂ ਬਾਹਰ ਵਾਲੇ ਸਥਾਨ ਲਿਖਾਂਗੇ ਇੱਥੇ ਲਿਖਾਂਗੇ ਚੀਨ ਠੀਕ ਹੈ ਇੱਥੇ ਉੱਤਰ ਪ੍ਰਦੇਸ਼ ओके ਇੱਥੇ ਰਾਜਸਥਾਨ ਇਹ ਵਾਲੀਆਂ ਗੱਲਾਂ ਖਾਸ ਕਰਕੇ ਕੋਈ ਦੱਸਦਾ ਨਹੀਂ ਹੁੰਦਾ ਕਿ ਆਲੇ-ਦਾਲੇ ਵਾਲੀਆਂ ਚੀਜ਼ਾਂ ਵੀ ਭਰਨੀਆਂ ਨੇ ਠੀਕ ਹੈ ਇੱਥੇ ਅਫਗਾਨਿਸਤਾਨ ਆਏਗਾ ਠੀਕ ਹੈ ਦੈਨ ਇੱਥੇ ਲਦਾਖ ਤੁਸੀਂ ਲਿਖਣਾ ਲਿਖ ਲਓ ਨਹੀਂ ਤਾਂ ਜੰਮੂ ਕਸ਼ਮੀਰ ਦੇ ਵਿੱਚ ਆਈ ਗਿਆ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਅਸੀਂ ਭਰਾਂਗੇ ਜਿਹੜੀ ਮੇਨ ਆ ਜਮਰੋਦ ਦੀ ਜਿੱਤ ਜਮਰੋਦ ਦੀ ਜਿੱਤ ਇੱਥੇ ਹੋਈ ਸੀ ਕਿੰਗਡਮ ਲਿਖਣਾ ਸੀ ਕਿੱਥੇ-ਕਿੱਥੇ ਫੈਲਿਆ ਸੀ ਕਿੰਗਡਮ ਆ ਠੀਕ ਹੈ ਤਾਂ ਇੱਥੇ ਅਸੀਂ ਲਿਖਾਂਗੇ ਜਮਰੋਦ ਦੇਖੋ ਇਹ ਜਿਹੜਾ ਮੈਪ ਆ ਨਾ ਉਹ ਇਸ ਤਰ੍ਹਾਂ ਦਾ ਵਾ ਮਤਲਬ ਜੋ ਹੈਗਾ ਵਾ ਪੰਜਾਬ ਦਾ ਇਹ ਵਾਲਾ ਕਿੰਗਡਮ ਫੈਲਿਆ ਹੋਇਆ ਵਾ ਠੀਕ ਹੈ ਜੋ ਇਹ ਡਾਟ ਡਾਟ ਤੁਸੀਂ ਲਾਉਂਗੇ ਨਾ ਇਸ ਤਰ੍ਹਾਂ ਇਹ ਵਾਲਾ ਸਾਰਾ ਕਿੰਗਡਮ ਆ ਮਤਲਬ ਇਹ ਸਾਰਾ ਰਾਜ ਉਹਦੇ ਅੰਡਰ ਸੀਗਾ ਮਹਾਰਾਜ ਰਣਜੀਤ ਸਿੰਘ ਦੇ ਠੀਕ ਹੈ ਇੱਥੇ ਤੱਕ ਤੁਸੀਂ ਲਾਉਂਗੇ ਡਾਟ ਵਾਲੀ ਲਾਈਨ ਕਿਉਂਕਿ ਜਿਹੜਾ ਮੈਪ ਆ ਉਹ ਇਦਾਂ ਦਾ ਵਾ ਠੀਕ ਹੈ ਜਿਵੇਂ ਤੁਹਾਨੂੰ ਕਿਹਾ ਸੀ ਉਸ ਤੋਂ ਗਾਂ ਪੰਜਾਬ ਤੋਂ ਵੀ ਬਾਹਰ ਫੈਲਿਆ ਹੋਇਆ ਸੀ ਅਫਗਾਨਿਸਤਾਨ ਤੱਕ ਇਹਨਾਂ ਦਾ ਰਾਜ ਠੀਕ ਹੈ ਅਗਲਾ ਸਥਾਨ ਭਰਾਂਗੇ ਦੇਖੋ ਅਸੀਂ ਪਹਿਲਾਂ ਭਰ ਲਿਆ ਜੰਮਰੋਤ ਠੀਕ ਹੈ ਉਸ ਤੋਂ ਅਸੀਂ ਸ਼੍ਰੀਨਗਰ ਭਰਾਂਗੇ ਜੋ ਕਿ ਇੱਥੇ ਆ ਠੀਕ ਹੈ ਸ਼੍ਰੀਨਗਰ ठीक है दैन नैक्सट अं भर गुजरात गुजरात कित है इतना दैन अगे असी भर लाहौर अमृतसर तो लाहौर दोनों भर ठीक है इथे आ गया लाहौर इथे अमृतसर ਜੇਕਰ ਇੱਥੇ ਥਾਣੀ বাজਦੀ ਤਾਂ ਇੱਥੇ ਲਿਖ ਲਓ ਇਸ ਤਰ੍ਹਾਂ ਆਮਰੇ ਸਾਹਿਬ ਤੀਰਵਨ ਸ਼ਰਮਾਰੂ ਇੱਥੇ ਲਾਹੌਰ ਠੀਕ ਹੈ ਕਿਉਂਕਿ ਇੱਥੇ ਜਿੱਤਾਂ ਲਿਖਣੀਆਂ ਨੇ ਜਿੱਤਾਂ ਤੁਸੀਂ ਕਿਸ ਤਰ੍ਹਾਂ ਡਿਫਾਈਨ ਕਰੋਗੇ ਲਾਹੌਰ ਦੀ ਜਿੱਤ ਕਦੋਂ ਹੋਈ ਸੀ 1799 ਦੇ ਵਿੱਚ ਠੀਕ ਹੈ ਤੁਸੀਂ ਇੱਥੇ ਜਿਸ ਤਰ੍ਹਾਂ ਐਕਸਪਲੇਨੇਸ਼ਨ ਕਰ ਰਹੇ ਹੋ ਠੀਕ ਹੈ ਤੁਸੀਂ ਲਾਹੌਰ ਦੀ ਜਿੱਤ ਲਿਖ ਲਈ ਲਾਹੌਰ ਦੀ ਜਿੱਤ ਹੋਈ ਕਦੋਂ ਆ 1799 ਦੇ ਵਿੱਚ ਠੀਕ ਹੈ ਦੈਨ ਅਗੇ ਅਮਰਸਰ ਦੀ ਜਿੱਤ ਆ ਗਈ ਠੀਕ ਹੈ ਅਮਰਸਰ ਦੀ ਜਿੱਤ ਆ ਗਈ ਅਮਰਸਰ ਦੀ ਜਿੱਤ ਕਦੋਂ ਹੋਈ ਹੈ 1805 ਦੇ ਵਿੱਚ ਠੀਕ ਹੈ ਕਾਂਗੜਾ ਦੀ ਕਦੋਂ ਹੋਈ ਹੈ 1809 ਦੇ ਵਿੱਚ ਕਾਂਗੜਾ ਪੜਨ ਵਾਸਤੇ ਤੁਹਾਨੂੰ ਦੇਣਗੇ ਅਲੱਗ ਲੇਕਿਨ ਤੁਸੀਂ ਐਕਸਪਲੇਨ ਲੱਗ ਕਰਦੇ ਹਾਂ ਠੀਕ ਹੈ ਆ ਮੈਂ ਡਾਟ ਨਿਸ਼ਾਨ ਕਿਉਂ ਲਾਇਆ ਕਿਉਂਕਿ ਇਹਨਾਂ ਦਾ ਰਾਜ ਸੀਗਾ ਇੱਥੇ ਇੱਥੇ ਅਸੀਂ ਕਿੰਨੇ ਜਿੱਤਾਂ ਕਰਨੀਆਂ देखो श्री श्रीनगर गुजरात लाहौर अमृतसर जमरौद अगे अभी करा का जो असी इतें एक्सप्लेन कर चुके हैं कांगड़ा की जित इतें आएगी कांगड़ा दी आ गई बाद आ गई पटियाला इथे पटियाले तो बाद अं करा फरीदकोट ਇਹ ਸਾਡੇ ਹੋਣ ਵਾਲੇ ਪੰਜਾਬ ਦੀਆਂ ਹੈਗੀਆਂ ਠੀਕ ਹੈ ਉਸ ਵਾਰ ਅਸੀਂ ਕਰਾਂਗੇ ਆਟਕ ਦੀ ਜੱਤ ਆਟਕ ਦੀ ਜੱਤ ਕਰਾਂਗੇ ਜੋ ਕਿ ਆ ਇੱਥੇ ਸਿੰਧੇ ਨਦੀ ਦੇ ਕੋਲੇ ਆਟਕ ਸਿੰਧ ਨੂੰ ਹੀ ਆਟਕ ਦਰਿਆ ਕਿਹਾ ਜਾਂਦਾ ਆਟਕ ਦੀ ਜੱਤ ਠੀਕ ਹੈ اٹਕਾ ਗਈ ਠੀਕ ਹੈ ਦੈਨ ਅੱਗੇ ਅਸੀਂ ਕਰਾਂਗੇ ਮੁਲਤਾਨ ਦੀ ਜੋ ਕਿ ਮੈਂ ਤੁਹਾਨੂੰ ਫਸਟ ਵਰਲਡ ਬਾਅਰ ਦੇ ਵਿੱਚ ਫਸਟ ਐਗਰੋ ਯੂਥ ਦੇ ਵਿੱਚ ਕਰਵਾਇਆ ਸੀ ਮਲਤਾਨ ਠੀਕ ਹੈ ਫਿਲਹਾਲ ਇੰਨੇ ਬਹੁਤਾ ਤੁਹਾਡੇ ਲਈ ਠੀਕ ਹੈ ਜੇ ਤੁਸੀਂ ਸਿਆਲਕੋਟ ਦੀ ਕਰਨੀ ਹੈ ਇੱਥੇ ਕਰ ਸਕਦੇ ਹਾਂ ਸਿਆਲਕੋਟ ਠੀਕ ਹੈ ਬਹੁਤ ਹੋ ਗਏ ਤੁਹਾਡੇ ਵਾਸਤੇ ਇਹਨਾਂ ਨੂੰ ਯਾਦ ਕਰੋ ਤੇ ਐਕਸਪਲੇਨ ਕਰਨ ਦਾ ਤਰੀਕਾ ਇਹ ਵਾ ਅਲਾਵਾ ਠੀਕ ਹੈ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਪਹਿਲਾਂ ਵਾਲੀ ਵੀਡੀਓਜ਼ ਜ਼ਰੂਰ ਜਾ ਕੇ ਧਿਆਨ ਨਾਲ ਦੇਖ ਲਿਓ ਜੇਕਰ ਇਹ ਚ ਕੋਈ ਡਾਊਟ ਹੋਇਆ ਤਾਂ ਮੈਨੂੰ ਦੱਸਿਓ ਕਮੈਂਟ ਕਰਕੇ ਮੈਂ ਜ਼ਰੂਰ ਹੱਲ ਕਰੂੰਗਾ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰ ਦਿਓ जीएसएस ਸਟੱਡੀ ਟਿਪਸ 01 ਇੰਸਟਾਗ੍ਰam ਦੀ ਆਈਡੀ ਹੈ ਟੈਲੀਗ੍ਰam ਤੇ ਜੁਆਇਨ ਕਰੋ ਡਿਸਕ੍ਰਿਪਸ਼ਨ ਜੇ ਲਿੰਕ ਤੁਹਾਨੂੰ ਮਿਲ ਜੇਗਾ ਧੰਨਵਾਦ